तीन चार चीजां हैगियां ने जो हुंदियां होईयां नजर आ सकदियां ने। अग्रेशन किसानां दे वल्लों किन्ना दिखाया जांदा है उस दे उत्ते ही सब्दियां हुण लाजमी तौर ते नजर आ रहणगियां। ਤਾਂ ਇੱਥੇ ਮੌਕ ਡਰਿਲ ਕਰਕੇ ਵੀ ਤਸਵੀਰਾਂ ਨਜ਼ਰ ਆ ਰਹੀਆਂ ਹੋਣਗੀਆਂ ਸਾਡੇ ਦਰਸ਼ਕਾਂ ਨੂੰ। ਤਾਂ ਜਿਹੜੀ ਨਜ਼ਰ ਆਈ ਹੈ ਕਿ ਹੰਝੂ ਗੈਸ ਦੇ ਗੋਲੇ ਛੱਡੇ ਗਏ ਨੇ ਕੁਝ, ਹੁਣ ਤੁਸੀਂ ਮੌਕ ਡਰਿਲ ਇਸ ਨੂੰ ਕਹੋ ਜਾਂ ਕੁਝ ਵੀ ਕਹੋ, ਪਰ ਇੱਥੇ ਤਸਵੀਰਾਂ ਬਿਲਕੁਲ ਬਿਆਨ ਕਰਨ ਦੇ ਲਈ ਕਾਫੀ ਨੇ ਕਿ ਸਥਿਤੀ ਕਿਸ ਤਰੀਕੇ ਦੀ ਹੋਈ ਹੈ। ਵਿਨੋਦ, ਜੇਕਰ ਪਿੱਛੇ ਤਸਵੀਰਾਂ ਦਿਖਾ ਸਕੋ, ਤਸਵੀਰਾਂ ਦਿਖਾ ਸਕੋ ਇੱਕ ਵਾਰ ਕਿ ਕਿਸ ਤਰੀਕੇ ਦੀਆਂ ਤਸਵੀਰਾਂ ਇੱਥੇ ਨਜ਼ਰ ਆ ਰਹੀਆਂ ਨੇ। ਇੱਥੇ ਜਿਹੜੀਆਂ ਤਸਵੀਰਾਂ ਨਜ਼ਰ ਆਈਆਂ ਨੇ ਇਹ ਹੰਝੂ ਗੈਸ ਦੇ ਗੋਲੇ ਛੱਡੇ ਗਏ ਨੇ ਉਸ ਦੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਦਿਖਾ ਰਹੇ ਹਾਂ। ਤਾਂ ਹੰਝੂ ਗੈਸ ਦੇ ਗੋਲੇ ਛੱਡੇ ਗਏ ਨੇ ਉਸ ਦੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਈਆਂ ਨੇ। ਤਾਂ ਅੱਖਾਂ ਦੇ ਵਿੱਚ ਜਲਣ, ਸਾਹ ਲੈਣ ਦੇ ਵਿੱਚ ਦਿੱਕਤ ਸਾਨੂੰ ਵੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਔਰ ਉੱਥੋਂ ਮੂਵ ਕਰਵਾਉਣ ਵਾਸਤੇ ਪਿੱਛੇ ਪਹਿਲਾਂ ਬੋਲਿਆ ਜ਼ਰੂਰ ਜਾ ਰਿਹਾ ਸੀਗਾ ਕਿ ਪਿੱਛੇ ਹਟੋ, ਹੁਣ ਤੁਸੀਂ ਇਸ ਨੂੰ ਤਿਆਰੀ ਕਹੋ ਜਾਂ ਤੁਸੀਂ ਇਸ ਨੂੰ ਮੌਕ ਡਰਿਲ ਕਹੋ ਜਾਂ ਕੁਝ ਵੀ ਕਹੋ, ਪਰ ਇਸ ਸਮੇਂ ਦੀਆਂ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦਾ ਮਾਹੌਲ ਇੱਥੇ ਨਜ਼ਰ ਆ ਰਿਹਾ ਹੈ। ਤਾਂ ਹੰਝੂ ਗੈਸ ਦੇ ਜਦੋਂ ਗੋਲੇ ਛੱਡੇ ਜਾਂਦੇ ਨੇ ਉੱਥੇ ਰੁਕਣਾ, ਅੱਖਾਂ ਦੇ ਵਿੱਚ ਜਲਣ, ਮੈਂ ਉਸ ਵਾਲੇ ਪਾਸੇ ਤੋਂ ਥੋੜ੍ਹਾ ਜਿਹਾ ਮੂਵ ਕਰਕੇ ਇਸ ਵਾਲੇ ਪਾਸੇ ਆਇਆ। ਤਾਂ ਉਹ ਤਸਵੀਰਾਂ ਜਾਂ ਸਥਿਤੀ ਨੇ ਸਭ ਕੁਝ ਬਿਆਨ ਕਰ ਦਿੱਤਾ ਸੀ ਕਿ ਜੇਕਰ ਕਿਸਾਨ ਇੱਥੇ ਪਹੁੰਚਦੇ ਨੇ ਤਾਂ ਕੁਝ ਇਸ ਤਰੀਕੇ ਦੀ ਤਿਆਰੀ ਹੈ, ਕੁਝ ਇਸ ਤਰੀਕੇ ਦੀ ਤਿਆਰੀ ਹੈ। ਔਰ ਕਿਸਾਨਾਂ ਨੂੰ ਪਿੱਛੇ ਖਦੇੜਨ ਦੇ ਲਈ ਲਾਜ਼ਮੀ ਤੌਰ 'ਤੇ ਤੁਸੀਂ ਕਹਿ ਸਕਦੇ ਹੋ ਕਿ ਸਥਿਤੀ ਥੋੜ੍ਹੀ ਜਿਹੀ ਦਿੱਕਤ ਵਾਲੀ ਵੀ ਨਜ਼ਰ ਆਪਾਂ ਨੂੰ ਆ ਸਕਦੀ ਹੈ, ਪਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਸਭ ਕੁਝ ਬਿਆਨ ਕਰਦੀਆਂ ਹੋਈਆਂ ਕਿ ਕਿਸ ਤਰੀਕੇ ਨਾਲ ਹਰਿਆਣਾ ਪੁਲਿਸ ਦੇ ਵੱਲੋਂ ਤਿਆਰੀ ਕੀਤੀ ਗਈ ਹੈ। ਔਰ ਕਈ ਫਾਇਰ ਇੱਥੇ ਕੀਤੇ ਗਏ ਨੇ ਜਦੋਂ ਹੰਝੂ ਗੈਸ ਦੇ ਗੋਲੇ ਛੱਡੇ ਗਏ ਔਰ ਟੀਅਰ ਗੈਸ ਜਿਹੜੀ ਛੱਡੀ ਗਈ ਹੈ ਉਹ ਤਸਵੀਰਾਂ ਨਜ਼ਰ ਆਈਆਂ ਨੇ। ਪਰਮਿੰਦਰ।